ਤੁੜੀ ਹੁੰਦੀ ਏ ਦੀ ਭੈਣ ਸਸਰੀ ਕਾਲ ਮਾਸ ਸਸਰੀ ਕਾਲ ਪੁੱਤ ਹੋਰਨ ਦੀ ਪਠੀਕਾ ਹਾਂਜੀ ਵਧੀਆ ਤੁਸੀਂ ਦੱਸੋ ਠੀਕ ਐ ਭੈਜਾ ਪੁੱਤ ਰੈਕੀ ਜੀ ਹੋਰ ਘਰੇ ਸਾਰੇ ਠੀਕ ਐ ਆਪਣੇ ਤਾਂ ਠੀਕ ਐ ਤੂੰ ਦੱਸ ਪੁੱਤ ਤੇਰਾ ਕੀ ਹਾਲ ਚਾਲ ਐ ਜੀ ਐ ਮਾਸੀ ਜੀ ਸਾਰਾ ਚੱਲ ਕਰ ਹੀ ਆਇਆ ਜੀ ਹੈ ਆਉਣ ਨੂੰ ਹੋਰ ਮੈਂ ਕਿਹਾ ਚੱਲ ਅਮਨ ਕੋਲੇ ਜਾਇਆ ਮਾਂ ਮੰਨੀ ਦੀਂਦੀ ਹੈਗੀ ਮਾਸੀ ਜੀ ਅਮਨ ਇੱਥੇ ਆਮਨ ਆਉਂਦੀ ਐ ਨਹੀਂ ਮੈਂ ਤਾਂ ਅਮਨ ਨੂੰ ਕਈ ਵਾਰਾ ਕਹਤਾ ਮੈਂ ਤੇਰੇ ਭੈਣ ਨੂੰ ਫੋਨ ਲਾ ਦੇ ਸਤਿ ਸ਼੍ਰੀ ਅਕਾਲ ਭੈਣੇ ਸਤਿ ਸ਼੍ਰੀ ਅਕਾਲ ਹੋ ਗਿਆ ਆਮਨ ਠੀਕ ਹੈ ਵਧੀਆ ਪਹਿਲੇ ਪਾਣੀ ਲਿਆ ਦੰਦੀ ਪਾਣੀ ਲਿਓਣੀ ਪਹਿਲਾਂ ਮੈਂ ਤੇ ਮੈਂ ਤਾਂ ਨਾ ਕਈ ਵਾਰਾ ਕਹਤਾ ਸੀ ਇਹਨੂੰ ਮਾਂ ਤੇਰੀ ਭੈਣ ਨੂੰ ਬੁਲਾ ਲਾ ਚੱਲ ਮਿਲ ਜੂਗੀ ਮੈਂ ਖਾਂ ਹਾਂਜੀ ਮੇਰਾ ਵੀ ਨਾ ਬਸ ਥੋੜਾ ਤੁਹਾਨੂੰ ਪਤਾ ਕਮਾ ਧੰਦਾ ਚ ਪਹਿਲਾਂ ਮੈਂ ਆਪ ਦੇ ਨਾਨਕੀ ਵਾਗੀ ਫਿਰ ਉੱਥੇ ਲਾਇਆ ਈ 4-5 ਦਿਨ ਫਿਰ ਆ ਕੇ ਮੈਂ ਆਖਿਆ ਚਲ ਹੁਣ ਆਮਨ ਕੋਲੇ ਵੀ ਜਾ ਹੀ ਆਵਾਂ ਚੱਲ ਕੋਈ ਨਾ ਪੁੱਤ ਤੂੰ ਨਾਨਕੇ ਜਾਨੀ ਤੂੰ ਇੱਥੇ ਲਾ ਜਾ ਕਰ 4 ਦਿਨ ਇਹ ਕਹਦਾ ਤੈਨੂੰ ਬਗਾਨਾ ਘਰ ਹੈ ਹਾਂ ਹਾਂ ਜੀ ਕੋਈ ਨਾ ਐ ਤਾਂ ਕੀ ਹੈ ਹੋਰ ਨਾਲੇ ਭੈਣਾਂ ਭੈਣਾਂ ਦਾ ਜੀ ਲੱਗਿਆ ਰਹਿੰਦਾ ਲੈ ਆਈ ਗਈ ਹੈ ਨਾ ਹਰਦੀਪ ਤਾਂ ਵਧੀਆ ਕਿ ਆ ਗਈ ਮਿਲ ਜੂਗੀ ਨਾਲੇ ਹੋਰ ਹੋਰ ਫਿਰ ਮੈਨੂੰ ਐ ਹੋ ਗਿਆ ਵੀ ਨਾਲੇ ਮੈਂ ਚਲ ਕਪੜਾ ਲੀੜੇ ਆਉਣੀ ਆ ਲੈ ਪੁੱਤਾ ਕਪੜੇ ਲੀੜੇ ਕਿਹੜਾ ਆਪਣੇ ਬੰਦੇ ਸੀ ਕਿਉਂ ਐਵੇਂ ਖੇਚਲ ਕੀਤੀ ਕਪੜੇ ਲੀੜੇ ਦੀ ਨਹੀਂ ਮਾਸੀ ਜੀ ਇਹ ਤਾਂ ਮੇਰਾ ਹੱਕ ਬਣਦਾ ਫਿਰ ਵੀ ਮੈਂ ਵੱਡੀ ਭੈਣ ਐ ਦੀ ਚੱਲ ਕੋਈ ਨਾ ਉਹ ਤਾਂ ਚੱਲ ਗੱਲ ਠੀਕ ਐ ਵੀ ਚੱਲ ਤੂੰ ਵੱਡੀ ਭੈਣ ਐ ਚੱਲ ਮਾਮਾ ਬਰਾਬਰ ਐ ਹਾਂਜੀ ਹਾਂਜੀ ਤੇ ਪਰ ਅਸੀਂ ਨਹੀਂ ਕਹਿੰਦੇ ਪੁੱਤ ਕੋਈ ਇਹਨੂੰ ਜਮਾ ਮਯਾਲ ਕਾ ਪੁੱਛ ਲਿਆ ਕੋਈ ਇਹ ਕਦੇ ਚੀਜ਼ ਬਣੀ ਕਿਹਾ ਹੋਵੇ ਇਹਨੂੰ ਹਾਂ ਜੀ ਐਂ ਤਾਂ ਪਤਾ ਮੈਨੂੰ ਐਂ ਤਾਂ ਬੇਬੇ ਮੈਨੂੰ ਫੁੱਲਾ ਵਾਂਗੂ ਰੱਖਦੀ ਐਂ ਕੋਈ ਇਹੋ ਜੀ ਗੱਲ ਨਹੀਂ ਹੈਗੀ ਹੋਰ ਪੁੱਤ ਮੇਰੇ ਦੇਖਣ ਨੂੰ ਕੀ ਐ ਤੂੰ ਹੀ ਐ ਛੋਟੇ ਦੇ ਜਦੋਂ ਕਰੂੰਗੀ ਉਦੋਂ ਦੇਖੀ ਜਾਊ ਹਾਂ ਜੀ ਉਹ ਤਾਂ ਹੈਗਾ ਹੁਣ ਤਾਂ ਪੁੱਤ ਚਾਰ ਪੰਜ ਦਿਨ ਲਾ ਕੇ ਜਾਈ ਮੈਂ ਨਹੀਂ ਤੈਨੂੰ ਜਾਣ ਦਿੰਦੀ ਕੋਈ ਨਾ ਮਾਸੀ ਜੀ ਕੋਈ ਨਾ ਰਹਿ ਜੂਗੀ ਦੋ ਦਿਨ ਤਾਂ ਮੈਂ ਰਹਿਣ ਵਾਸਤੇ ਆਈ ਆਂ ਲੇ ਦੋ ਦਿਨ ਮੈਂ ਤਾਂ ਕਹਿੰਿਆ 10 ਦਿਨ ਲਾ ਕੇ ਜਾ ਤੂੰ ਆ ਬੈਣੀ ਰਹੀ ਹੁਣ ਤੂੰ ਲੈ 10 ਦਿਨ ਨਹੀਂ ਲੱਗਦੇ ਮਸੀ ਫਿਰ ਤੁਹਾਨੂੰ ਪਤਾ ਸਾਰਾ ਕੰਮ ਤਾਂ ਦਾ ਹਲੇ ਮੈਂ ਤਾਂ ਘਰ ਦੀਆਂ ਸਫਾਈਆਂ ਵੀ ਨਹੀਂ ਕੀਤੀਆਂ ਆਪੇ ਸਾਰੇ ਜਿੰਦੇ ਕੁੰਡੇ ਉਵੇਂ ਲਾ ਕੇ ਵਗ ਗਈ ਸੀ ਚਲ ਕੋਈ ਨਾ ਸਫਾਈਆਂ ਤਾਂ ਹੁੰਦੀਆਂ ਫਿਰਨੀਆਂ ਤੇ ਜਮੀਨ ਜੂਨ ਫਿਰ ਆ ਠੇਕੇ ਤੇ ਦਿਨੇ ਤੂੰ ਤਾਂ ਹਾਂ ਮਸੀ ਜੀ ਠੇਕੇ ਤੇ ਹੀ ਦਿੰਨੀ ਹੈਗੀ ਸਾਰੀ ਜਮੀਨ ਠੇਕੇ ਤੇ ਲਾ ਦਨੇ ਹੈ ਹਾਂ ਹਾਂ ਸਾਰੀ ਠੇਕੇ ਤੇ ਲਾ ਦ ਹੋਰ ਜੋ ਸਪਾਇਨ ਦੀ ਨਾਮ ਨਾ ਉਹ ਖੇਤ ਗਏ ਸੀ ਅੱਛਾ ਆਉਣ ਆਲੇ ਹੋਣਗੇ ਬਸ ਆਉਣ ਆਲੇ ਉਹ ਤਾਂ ਅੱਛਾ ਚਲ ਕੋਈ ਨਾ ਘਰਾਂ ਦੇ ਕੰਮ ਤਾਂ ਮੁੱਕਦੇ ਨਹੀਂ ਤੂੰ ਪੁੱਤ ਹੁਣ ਚਾਹ ਪਾਣੀ ਕਰ ਲਿਆ ਇਹਦੇ ਵਾਸਤੇ ਬਣਾਉਣੀ ਐ ਬੇਬੇ ਚਾਹ ਮੈਂ ਹੋਰ ਚਲ ਚੰਗਾ ਪੁੱਤ ਚਾਹ ਪਾਣੀ ਪੀਓ ਤੁਸੀਂ ਦੋਨੇ ਭੈਣਾਂ ਬੈਠੋ ਮੈਂ ਥੋੜਾ ਜਿਹਾ ਕੰਮ ਜਾਇਆ ਮੈਂ ਚਲ ਠੀਕ ਐ ਮਸੀ ਜੀ ਚੰਗਾ ਪੁੱਤ ਹੋਰ ਅਮਨ ਸੁਣਾ ਗੱਲਬਾਤ ਕਿਵੇਂ ਐ ਵਧੀਆ ਵਧੀਆ ਰਹਿੰਦੇ ਆ ਤੇਰੇ ਸੋਹਰੇ ਵਧੀਆ ਰਹਿੰਦੇ ਨੇ ਚਲ ਮੈਨੂੰ ਵੀ ਇਸ ਨਾਲ ਸ਼ਾਂਤੀ ਮਿਲੀ ਰਹਿੰਦੀ ਐ ਵੀ ਤੇਰੇ ਨਾਲ ਵਧੀਆ ਨਹੀਂ ਤਾਂ ਫਿਰ ਤੈਨੂੰ ਪਤਾ ਹੀ ਹੈਗਾ ਹਾਂ ਤੇ ਹੋਰ ਮਾਮੇ ਵੀਰੇ ਠੀਕ ਸੀ ਸਾਰੇ ਹਾਂ ਵਧੀਆ ਸੀ ਮਾਮੇ ਵਰਗੇ ਠੀਕ ਸੀ ਤੈਨੂੰ ਪਤਾ ਵਿਚਾਰੀ ਉਹ ਮਾਮੀ ਬਿਮਾਰ ਹੋ ਰਹੀ ਹੈਗੀ ਆਪਣੀ ਤਾਂ ਉਹ ਮਾਮੀ ਨੂੰ ਮਾਮੀ ਨੇ ਨਾ ਉਹ ਹੋ ਗਿਆ ਇੱਕ ਤਾਂ ਗਿੱਟਾ ਜਾ ਉੱਤਰ ਗਿਆ ਤੇ ਚੱਕਰ ਆ ਜਾਂਦੇ ਨੇ ਬੀਪੀ ਵੱਜ ਜਾਂਦਾਗਾ ਹਾਂ ਇੱਕੋ ਗੋਲੀ ਨਹੀਂ ਲੈਂਦੀ ਹੈਗੀ ਰੋਜ਼ ਤਾਂ ਨੂੰ ਤਾਂ ਮੈਂ ਆਖਿਆ ਮੈਂ ਕਿਹਾ ਚਲ 4 ਦਿਨ ਲਾਏ ਆਉਣੀ ਆ ਨਾਲੇ ਮੇਰਾ ਟਾਈਮ ਪਾਸ ਹੋਰ ਬੈਨੇ ਰਹਿ ਤੂੰ ਇੱਥੇ ਚਲ ਦੇਖਦੀ ਆਮਣ 2 ਦਿਨ ਤਾਂ ਮੈਂ ਰਹੂੰਗੀ ਫਿਰ ਇਸ ਤੋਂ ਬਾਅਦ ਤਾਂ ਹੁਣ ਤੈਨੂੰ ਪਤਾ ਹੀ ਆ ਉੱਥੇ ਕੰਮ ਧੰਦਾ ਹੋਰ ਕੌਣ ਆ ਮੇਰੇ ਤੋਂ ਇਲਾਵਾ ਚਲ ਮੈਂ ਚਾਹ ਲਿਆਉਣੀ ਆ ਤੂੰ ਠੀਕ ਹੋ ਕੇ ਭੇਜ ਨਾਲ ਆ ਲੈ ਜਾਮਣ ਗਲਾਸ ਚੱਕ ਕੇ ਚਲ ਬਣਾ ਲਿਆ ਚਾਹ ਲਿਆਉਣੀ ਮੈਂ ਚੱਲ ਮੇਰੀ ਭੈਣ ਤਾਂ ਵਾੜੀ ਸੌਖੀ ਐ ਸੁਖ ਨਾਲ ਚੱਲ ਮੈਨੂੰ ਵੀ ਖੁਸ਼ੀ ਐ ਇਸ ਗੱਲ ਦੀ ਪਰ ਉਹ ਆਏ ਆ ਮੈਨੂੰ ਇਹਦੀ ਸੱਸ ਦਾ ਸੁਭਾਅ ਤਾਂ ਬਹੁਤ ਚੰਗਾ ਲੱਗਦਾ ਹਨਾ ਖੈਰ ਵਰਤੇ ਤੋਂ ਪਤਾ ਲੱਗਦਾ ਹੈਗਾ ਚੰਗੀ ਆ ਵਿਚਾਰੀ ਜਿਹੜੀ ਮੇਰੀ ਭੈਣ ਨੂੰ ਫੁੱਲਾ ਵਾਂਗ ਰੱਖਦੀ ਐ ਆ ਤਾਂ ਇਹਨੇ ਵਧੀਆ ਕੀਤਾ ਜਿਹੜੀ ਆ ਗਈ ਹੁਣ ਸਕੀਮ ਲੜਾਵਾਂਗੇ ਕੋਈ ਜ਼ਮੀਨ ਜਾਇਦਾਦ ਹੁਣ ਆਉਗੀ ਇਹਦੇ ਨਾਲ ਨਹੀਂ ਸੀ ਆਉਂਦੀ ਲਾਇਆ ਮਨਾਂ ਚਾਤਾ ਮੈਂ ਪੀ ਲਈ ਤੇ ਮੈਂ ਤੁਹਾਨੂੰ ਦੱਸਾਂ ਇਹਦੇ ਵਿੱਚ ਨਾ ਤੇਰੇ ਤੇ ਤੇਰੀ ਸੱਸ ਦੇ ਸੂਟ ਐ ਦੋ ਸੂਟ ਤੇਰੇ ਆ ਤੇ ਇੱਕ ਤੇਰੀ ਸੱਸ ਦਾਗਾ ਅੱਛਾ ਹਾਂ ਮਾਸੀ ਜੀ ਦਾ ਠੀਕ ਐ ਹਾਂ ਤੇ ਇੱਧਰ ਹੈਗਾ ਵੀ ਖੇਸ ਐ ਠੀਕ ਐ ਭੈਣ ਹਾਂ ਤੇ ਵਿੱਚ ਮੇਰੇ ਕੱਪੜੇ ਨੇ ਤੇ ਜਾ ਕੇ ਅੰਦਰ ਰੱਖਿਆ ਮੈਂ ਅੰਦਰ ਰੱਖਿਆ ਵਾਂ ਬੈਠ ਰੱਖਿਆ ਹਾਏ ਮੇਰੀ ਭੈਣ ਨੂੰ ਤਾਂ ਐਡਾ ਵੱਡਾ ਘਰ ਮਿਲ ਗਿਆ ਬਹੁਤ ਵਧੀਆ ਚਲ ਮੇਰੀ ਫਿਕਰ ਖਤਮ ਹੋਈ ਵਿਚਾਰੀ ਸੌਖੀ ਐ ਜਵਾਕੜੀ ਠੀਕ ਆਲੀ ਸੱਸੀ ਗਣ ਸੱਸੀ ਗਣ ਆਹ ਜਾਰੀ ਬਹੁਤ ਠੀਕ ਠਾਕ ਸੀ ਸਾਰੇ ਹੀ ਹਾਂ ਬੈਹਜੋ ਜੀ ਇੱਥੇ ਨਾ ਇਹ ਤਾਂ ਕੰਮ ਕਰਦੇ ਇੱਥੇ ਜਾਣਾ ਕਿਤੇ ਬਸ ਚੱਕਰੇ ਆਈ ਸੀ ਚਾਹ ਪਾਣੀ ਪੀਣਵਾ ਅੱਛਾ ਚਲੋ ਠੀਕ ਐ ਆ ਮਨਾ ਆਈ ਪੜੇ ਹੋਰ ਅਮਨਾ ਕੀ ਕਰਨ ਲੱਗੀ ਸੀ ਉਹ ਚਾਰਕ ਕੱਪੜੇ ਪਏ ਸੀ ਤਾਂ ਇਹਾਂ ਕਰਨ ਲੱਗੀ ਉਹਨਾਂ ਦੀ ਚੱਲ ਫਿਰ ਮੈਂ ਕਰਵਾ ਦਾਂਦੀ ਤੈ ਹਾਂ ਬਸ ਦੋ ਸੂਟ ਸੀ ਮੈਂ ਮੈਂ ਸਾਂ ਵੀ ਦਿੰਨੀ ਐ ਅੱਛਾ ਤੇ ਹੋਰ ਸੁਣਾ ਕੋਈ ਗੱਲ ਬਾਤ ਠੀਕ ਐ ਵਧੀਆ अच्छा ते पालीबाई ਵਰਗੇ ਵੀ ਆ ਗਏ ਹਾਂ ਮੈਨੂੰ ਪਤਾ ਲੱਗਿਆ ਸੀ ਅੱਛਾ ਤੇ ਹੋਰ ਠੀਕ ਹੈ ਵਧੀਆ ਅੱਛਾ ਮਾਰ ਲਿਆ ਕਰ ਗੇੜਾ ਤੂੰ ਤਾਂ ਜਮੀ ਨਹੀਂ ਮਾਰਦੀ ਹੈਗੀ ਮੈਂ ਇੱਥੋਂ ਕਿੱਥੇ ਨਿਕਲ ਜਾਂਦਾ ਹੁਣ ਕੰਮ ਤੁੰਦਿਆਂ ਚ ਹਾਂ ਚਲੇ ਹੀ ਜਾਏਗਾ ਹਨਾ ਤੇ ਹੋਰ ਮਾਮੇ ਹੋਰ ਠੀਕ ਸੀ ਵਧੀਆ ਸੀਗੇ ਮਾਮੇ ਵਰਗੇ ਤੈਨੂੰ ਦੱਸ ਕੇ ਪਰ ਤੂੰ ਵੀ ਵਿਆਹ ਉਹ ਕਰਵਾ ਲਾ ਮੈਨੂੰ ਤੇਰੀ ਫਿਕਰ ਮਾਰੀ ਆਂਦੀ ਹੈ ਲੈ ਦੱਸ ਮੇਰੇ ਵਿਆਹ ਦੀ ਕੀ ਫਿਕਰ ਹੈ ਤੈਨੂੰ ਕੋਈ ਨਾ ਕਰਵਾ ਲੂੰਗੀ ਫਿਰ ਘਰ ਕੌਣ ਦੇਖੂਗਾ ਹੁਣ ਤੈਨੂੰ ਪਤਾ ਮਨ ਜਿਵੇਂ ਦੇ ਆਪਾਂ ਭਾਲਦੇ ਆਉਂਮਾ ਦਾ ਮਿਲਦਾ ਵੀ ਨਹੀਂ ਨਾ ਕੋਈ ਹਾਂ ਤੇ ਹੋਰ ਠੇ ਕਟੂ ਕਜਮੀਨ ਦਾ ਟਾਈਮ ਸਰ ਦੇ ਦਿੰਦੇ ਨੇ ਹਾਂ ਟਾਈਮ ਤੇ ਤਾਂ ਦੇ ਦਾਂਦੇ ਨੇ ਬਸ ਵਧੀਆ ਟਾਈਮ ਪਾਸ ਤੈਨੂੰ ਪਤਾ ਹੋ ਹੀ ਜਾਂਦਾਗਾ ਉਹ ਤਾਈ ਆ ਉਹ ਪੈ ਜਾਂਦੀ ਆ ਮੇਰੇ ਕੋਲੇ ਕਦੇ ਮੈਂ ਉਹਨਾਂ ਦੇ ਘਰੇ ਪੈ ਜਾਣੀ ਆ ਬਸ ਤਾਂ ਹੀ ਤਾਂ ਕਹਿੰਦੀ ਆ ਵਿਆਹ ਕਰਵਾ ਲੈ ਕਿੰਨਾ ਚਿਰ ਤੂੰ ਕਦੇ ਹੋ ਰਿਸ਼ਤੇਦਾਰੀ ਚ ਵਗ ਜਾਨੀ ਆ ਕਦੇ ਕਿਤੇ ਫਿਰ ਆਇਆ ਔਖਾ ਚਲ ਮੈਂ ਤਾਂ ਤੇਰੇ ਮਾਰੀ ਕਹਿੰਦੀ ਸੀ ਮੈਂ ਕਿਹਾ ਚੱਲ ਵੀ ਜੇ ਕੋਈ ਵਧੀਆ ਜਆ ਹੋ ਮਿਲੇ ਰਿਸ਼ਤਾ ਨਾ ਫੇਰ ਉਹ ਕਰਵਾਵਾਂ ਸਾਰਾ ਪਤਾ ਕਰਕੇ ਕਿਉਂਕਿ ਆਏ ਆ ਵੀ ਫਿਰ ਤੂੰ ਤਾਂ ਵਰਤਦੀ ਰਹਿ ਜਾਵੇਂਗੀ ਮੇਰੇ ਨਾਲ ਹੁਣ ਕੋਈ ਆਮਨ ਰਹਿਣ ਨੂੰ ਤਿਆਰ ਹੀ ਨਹੀਂ ਹੁੰਦਾ ਕੀ ਕਰਾਂ ਉਹ ਤਾਂ ਤੈਨੂੰ ਵੀ ਪਤਾ ਹੀ ਐ ਹੋਰ ਜਦੋਂ ਮੈਨੂੰ ਤੇਰਾ ਫਿਕਰ ਲੱਗ ਜਾਂਦਾ ਨਾ ਰਾਤ ਨੂੰ ਮੈਨੂੰ ਤਾਂ ਫਿਰ ਨੀਂਦ ਨਹੀਂ ਆਉਂਦੀ ਚਲ ਕੋਈ ਨਾ ਤੂੰ ਨਾ ਟੈਨਸ਼ਨ ਲਿਆ ਕਰ ਉਹ ਤਾਂ ਮੇਰਾ ਵਧੀਆ ਕਰਤਾ ਐ ਵਧੀਆ ਘਰਵਾਰ ਮੈਨੂੰ ਲੱਭਤਾ ਹੁਣ ਤੂੰ ਆਪਦਾ ਵੀ ਸੋਚ ਚਲੋ ਸੋਚਦੀਆਂ ਫਿਰ ਹੁਣ ਕੀ ਕਰਾਂ ਜੇ ਕੋਈ ਾਰੇ ਬਾਕਰ ਬਦਮਾਈ ਰਹਿਣ ਨੂੰ ਤਿਆਰ ਹੋਵੇ ਫੇਰ ਹੀ ਐ ਹੁਣ ਤੈਨੂੰ ਪਤਾ ਹੈਗਾ ਵੀ ਫੇਰ ਘਰ ਛੱਡ ਕੇ ਮਾਂ ਪਿਓ ਦਾ ਜਿਹੜਾ ਮੈਂ ਮੰਮੀ ਡੈਡੀ ਨਾਲ ਵਾਅਦਾ ਕੀਤਾ ਉਹ ਵੀ ਨਹੀਂ ਨਾ ਮੈਂ ਟਾਲ ਸਕਦੀ ਹਾਂ ਇਹ ਤਾਂ ਪਹਿਨੇ ਠੀਕ ਹੈ ਤੇਰੀ ਗੱਲ ਫੇਰ ਮੈਂ ਉਹਨਾਂ ਨਾਲ ਇਹ ਤੈਨੂੰ ਪਤਾ ਮੈਂ ਇਹ ਤੂੰ ਤਾਂ ਛੋਟੀ ਸੀ ਮੈਂ ਵੱਡੀ ਸੀਗੀ ਮੈਂ ਉਹਨਾਂ ਨਾਲ ਇਹ ਵਾਅਦਾ ਕੀਤਾ ਸੀ ਵੀ ਮੈਂ ਅਮਨ ਦਾ ਵਿਆਹ ਕਰਕੇ ਤੇ ਵੀ ਫੇਰ ਮੈਂ ਇੱਥੇ ਹੀ ਰਹੂੰਗੀ ਵੀ ਜਿਹੜਾ ਵੀ ਮੁੰਡੇ ਨਾਲ ਮੈਂ ਵਿਆਹ ਕਰਵਾਉਂਗੀ ਵੀ ਉਹ ਆਪਣਾ ਘਰਵਾਰ ਸਾਂਭੂਗਾ ਵੀ ਮੈਂ ਆਪਣੇ ਮਾਂ ਪਿਓ ਦਾ ਨਾਮੁ ਨਿਸ਼ਾਨ ਨਹੀਂ ਮਟਾਉਣਾ ਚਾਹੁੰਦੀ ਅਮਨ ਚੱਲ ਭੈਣੇ ਤੂੰ ਤਾਂ ਫੇਰ ਮੇਰਾ ਵਧੀਆ ਬਾਪੂ ਦੀ ਗੱਲ ਪਗਾਤੀ ਵਧੀਆ ਕਰਤਾ ਮੇਰਾ ਤਾਂ ਤੂੰ ਮੈਂ ਤਾਂ ਬਥੇਰੀ ਸੌਖੀ ਐ ਹਾਂ ਸੌਖੀ ਤਾਂ ਹੈਗੀ ਆ ਮਨ ਚੱਲ ਬਾਕੀ ਰੱਬ ਨੂੰ ਮਨਜ਼ੂਰ ਆ ਜਿਵੇਂ ਹਨਾ ਹਾਂ ਠੀਕ ਐ ਭੈਣੇ ਹਾਂ ਚੱਲ ਤੂੰ ਨਾ ਮੇਰੀ ਟੈਨਸ਼ਨ ਕਰਿਆ ਕਰ ਕੋਈ ਨਾ ਮੈਨੂੰ ਤਾਂ ਤੇਰੀ ਫਿਕਰ ਲੱਗ ਜੇ ਨਾ ਜਦੋਂ ਫੇਰ ਮੈਨੂੰ ਜਮਾ ਉਹ ਨੀਚੇ ਐਨ ਨਹੀਂ ਆਉਂਦਾ ਮੈਂ ਕੀ ਕਰਾਂ ਤਾਂ ਹੀ ਕਹਿਨੀ ਆ ਵੀ ਤੂੰ ਹੁਣ ਆਪਦਾ ਘਰ ਵਸਾ ਤੈਨੂੰ ਤਾਂ ਸੁੱਕੀ ਜਾਣੀ ਹੈਗੀ ਹੋਰ ਹਾਂ ਤੇ ਹੋਰ ਦੱਸ ਚੱਲ ਛੱਡ ਪੜਾੜੀ ਆਪੀ ਬਣ ਜੂਗਾ ਜਿਹੜਾ ਕੁਛ ਬੰਨਣਾ ਹੋਇਆ ਜਿਵੇਂ ਕਿਸਮਤ ਚ ਲਿਖਿਆ ਹੋਇਆ ਉਵੇਂ ਹੀ ਬੰਨਣਾ ਹਾਂ ਤੇ ਹੋਰ ਸੁਣਾ ਕੋਈ ਗੱਲ ਬਾਤ ਠੀਕ ਵਧੀਆ ਬਸ ਅੱਛਾ ਤੇ ਹੋਰ ਕੀ ਕਰਦੀ ਹੁੰਨੀ ਆ ਹੁਣ ਕੁਛ ਨਹੀਂ ਬਸ ਸਾਹੀ ਕੰਮ ਧੰਦੇ ਕਰਦੇ ਚੱਲ ਲੈ ਚਲਦੀ ਹਾਂ ਮੈਂ ਪਿੰਡ ਤੇ ਨੂੰ ਨਾਲ ਕੱਲ ਨੂੰ ਚੱਲ ਮੇਰੇ ਨਾਲ ਕੋਈ ਨਾ ਦੇਖਦੇ ਆ ਚੱਲਾਂਗੇ ਫਿਰ ਕਹਿੰਦੀ ਦੇਖ ਨਹੀਂ ਆ ਸੋਹਰੇ ਜਾਨ ਤੋਂ ਕਾ ਨੂੰ ਇਹਨਾਂ ਨਾਲ ਹੀ ਆਉਂਗੇ ਇਸ ਦੋਂਦੀ ਆਵਾਂਗੇ ਆਹੋ ਸੋਹਰੇ ਜੀ ਲੱਗਿਆ ਹੋਇਆ ਹੁਣ ਤੇ ਕੇ ਭੈਣ ਕੋਲ ਜਾਣ ਨੂੰ ਕਿੱਥੋਂ ਜੀ ਕਰਦਾ ਕੋਈ ਨਾ ਸੀ ਦੋਵੇਂ ਮਿਲਣਾ ਆਵਾਂਗੇ ਆਜੋ ਆਜੋ ਮੈਂ ਤਾਂ ਤੁਹਾਨੂੰ ਪਹਿਲਾਂ ਵੀ ਆਖਿਆ ਸੀ ਵੀ ਚਲ ਆ ਜਾਇਆ ਕਰੋ ਚੱਲਣ ਵਾਲੇ ਮੇਰਾ ਟਾਈਮ ਲੰਘੇ ਜਾਂਦਾ ਹੈ ਨਾ ਆ ਹੀ ਹੁੰਦਾ ਭੈਣ ਭਰਾਵਾਂ ਦਾ ਆ ਹੀ ਹੁੰਦਾ ਭੈਣ ਭਰਾਵਾਂ ਦਾ ਹੋਰ ਚੱਲ ਪੈਨ ਵੀ ਫਿਰ ਮੈਂ ਸਬਜ਼ੀ ਦਾ ਕਰ ਲਾਂ ਚੱਲਾਮਣ ਮੈਂ ਵੀ ਬਰਵਾਉਣੀ ਆ ਤੇਰੇ ਨਾਲ ਭੈਮਸਰਾ ਹੋ ਜੂਗੀ ਰੋਟੀ ਟੁਕ ਚਲ ਆ ਜਾ ਮੈਂ ਵੀ 베ਲੀ ਬੈਠੀ ਕੀ ਬਦੂੰਗੀ ਅਮਨ ਆ ਸਬਜ਼ੀ ਬਣ ਗਈ ਹਾਂ ਬਣ ਗਈ ਪੈਨਸਾ ਅੱਛਾ ਉਹ ਜਿਹੜੀ ਤੁਹਾਡੀ ਮੂੰਗੀ ਦੀ ਦਾਲ ਪਈ ਆ ਤੂੰ ਕਹਿੰਦੀ ਸੀ ਉਹਦੇ ਨਾਲ ਕੀ ਕਰੀ ਜਾਨੀ ਆ ਤੂੰ ਬੇਬੇ ਮੈਂ ਤਾਂ ਅਮਨ ਕਹਿੰਦੀ ਸੀ ਮੂੰਗੀ ਦੀ ਦਾਲ ਪਈ ਆ ਮੈਨੂੰ ਬਹੁਤ ਪਸੰਦ ਆ ਮੂੰਗੀ ਦੀ ਦਾਲ ਤੇ ਮੈਂ ਕਾਚਲ ਮੈਂ ਉਹਦੇ ਵਾਸਤੇ ਤੜਕਾ ਘਟਦਾ ਨਹੀਂ ਆ ਚਲ ਕੋਈ ਨਾ ਪੁੱਤ ਇਹ ਬਣਾ ਲੂਗੀ ਆ ਜਾ ਬਹਿ ਜਾ ਦੋ ਦਿਨ ਆਈਆਂ ਤੂੰ ਆਰਾਮ ਕਰ ਲੈ ਚਲੋ ਆ ਤੂੰ ਆਰਾਮ ਕਰ ਲੈ ਹਾਂ ਚਲ ਕੋਈ ਨਾ ਪੁੱਤ ਤੂੰ ਬਣਾ ਲੈ ਆ ਜਾ ਚਲੋ ਆ ਜਾਈ ਹੋਰ ਮਸੀ ਜੀ ਸਿਹਤ ਕੀ ਮੈਂ ਰਹਿੰਦੀ ਐ ਬਸ ਠੀਕ ਹੀ ਐ ਪੁੱਤ ਦਵਾਈ ਬੂਟੀ ਲੈ ਲੈਨੇ ਤੁਰੇ ਫਿਰਦੇ ਆ ਹਾਂ ਸੇ ਤਾਂ ਤੈਨੂੰ ਪਤਾ ਠੰਡ ਦਾ ਕੰਮ ਐ ਹਾਂ ਇਹ ਤਾਂ ਹੈਗੀ ਆ ਚਲੋ ਕੰਮ ਧੰਦਾ ਤਾਮਨ ਕਰ ਲੈਂਦੀ ਐ ਵਧੀਆ ਨਹੀਂ ਕੰਮ ਧੰਦਾ ਤੇ ਵਿਚਾਰੀ ਸਾਰਾ ਹੀ ਕਰਦੀ ਐ ਐਵੇਂ ਨਹੀਂ ਕਿਹਾ ਜਾਂਦਾ ਚਲ ਜੇ ਕੋਈ ਮਾੜਾ ਮੋਟਾ ਕੋਈ ਨਹੀਂ ਆਉਂਦਾ ਉਹ ਮੈਂ ਦੱਸਦਾ ਨਹੀਂ ਹੁੰਨੀ ਐ ਹੂੰ ਚਲੋ ਆਏ ਤਾਂ ਟਾਈਮ ਪਾਸ ਹੋ ਜਾਂਦਾ ਟਾਈਮ ਪਾਸ ਹੋ ਜਾਂਦਾ ਤੇ ਮੈਂ ਤਾਂ ਪੁੱਤ ਤੁਹਾਨੂੰ ਐਂ ਕਹਿੰਦੀ ਸੀ ਹਾਂਜੀ ਮਾਸੀ ਵੀ ਹੁਣ ਤੂੰ ਇੱਥੇ ਆ ਜਾ ਕਰ ਨਾ ਰਹਿ ਪਾ ਕਰ ਤੂੰ ਉੱਥੇ ਇਕੱਲੀ ਰਹਿਣੀ ਆ ਮਾਸੀ ਜੀ ਫਿਰ ਤੁਹਾਨੂੰ ਪਤਾ ਹੈਗਾ ਵੀ ਘਰ-ਬਾਰ ਕਿੱਥੋਂ ਛੱਡਿਆ ਜਾਂਦਾ ਮੇਰੇ ਤੋਂ ਨਹੀਂ ਕੋਈ ਨਾ ਪੁੱਤ ਘਰ-ਬਾਰ ਨੂੰ ਕੀ ਐ ਕਦੇ ਕੋਈ 10 ਦਿਨਾਂ ਤੋਂ 20 ਦਿਨਾਂ ਤੋਂ ਗੇੜਾ ਮਾਰਿਆ ਕਰ ਤੇ ਉੱਥੇ ਇਕੱਲੀ ਦਾ ਅੱਜ ਕੱਲ ਕੀ ਬਣਦਾ ਟਾਈਮ ਮਾੜਿਆ ਪੁੱਤ ਦੁਨੀਆ ਬਾੜੀ ਉਹ ਹੈ ਮਾਸੀ ਜੀ ਇਹ ਤਾਂ ਹੈਗਾ ਥੋਡੀ ਗੱਲ ਨਾਲ ਮੈਂ ਸਹਿਮਤਾ ਫੇਰ ਵੀ ਤੁਹਾਨੂੰ ਪਤਾ ਹੋਣਾ ਹਨਾ ਅੱਜ ਕੱਲ ਟਾਈਮ ਮਾੜਾ ਵੀ ਨਾ ਜਾਣੀਏ ਕੋਈ ਘਰ ਰੋਕ ਲੇ ਫੇਰ ਓਖਾ ਹੋ ਜਾਊਗਾ ਇਹ ਨਹੀਂ ਪੁੱਤ ਜਦੋਂ ਤੇਰੇ ਨਾਲ ਐ ਸਾਰਾ ਕੁਝ ਫੇਰ ਐਵੇਂ ਕੌਣ ਰੋਕੂਗਾ ਮਾਸੀ ਜੀ ਅੱਜ ਕੱਲ ਪਤਾ ਹੀ ਨਹੀਂਗਾ ਤੁਹਾਨੂੰ ਪਤਾ ਐ ਸ਼ਰੀਕਾਂ ਦਾ ਕਿਹੜਾ ਘਟ ਹੁੰਦਾਗਾ ਚੱਲ ਪੁੱਤ ਮੈਂ ਤਾਂ ਹੀ ਕਹਿੰਦੀ ਸੀ ਵੀ ਚੱਲ ਤੂੰ ਕੱਲੀ ਤੇ ਕੱਲੀ ਐ ਤੇ ਦੋਨੇ ਭੈਣਾਂ ਚੱਲ ਗੱਲਾਂ ਬਾਤਾਂ ਕਰਕੇ ਤੇਰਾ ਟਾਈਮ ਪਾਸ ਹੋ ਜਾਂਦਾ ਹੋਰ ਮਾਸੀ ਜੀ ਮੈਂ ਕਹਿੰਦੀ ਸੀ ਅੱਗੇ ਤੇਰੀ ਮਰਜ਼ੀ ਆ ਨਾਲੇ ਫਿਰ ਮੈਂ ਇਹ ਕਹਨੀ ਆ ਵੀ ਚਲ ਜੇ ਮੈਂ ਉੱਥੇ ਹੈਗੀਆਂ ਤਾਂ ਅਮਨ ਦਾ ਪਾਸਾ ਥੱਲੇ ਜਾਂਦਾ ਵੀ ਆਉਂਦੀ ਜਾਂਦੀ ਰਹੂਗੀ ਜੇ ਮੈਂ ਉਰੇ ਆ ਕੇ ਬਹਿ ਗਈ ਫਿਰ ਇਹਦਾ ਹੋਂਜਾਂ ਖਤਮ ਹੋ ਜਾਊਗਾ ਨਾਲੇ ਦਾ ਹਾਂ ਚਲ ਪੁੱਤ ਇਹ ਤਾਂ ਗੱਲ ਠੀਕ ਐ ਤੂੰ ਹੀ ਆ ਸਾਰਾ ਕੁਸਾ ਤੂੰ ਵੱਡੀ ਐ ਨਾਲੇ ਫਿਰ ਤੁਹਾਨੂੰ ਇਹ ਵੀ ਪਤਾ ਵੀ ਜਿਹਨੂੰ ਜ਼ਮੀਨ ਦਿੰਨੇ ਆ 100 ਠੇਕੇ ਥੱਲੇ ਦਾ ਹਿਸਾਬ ਕਰਨਾ ਪੈਂਦਾ ਜੀ ਤੇ ਫਸਲવાડી ਤਾਂ ਠੀਕ ਹੁੰਦੀ ਹੋਣੀ ਪੁੱਤ ਹਾਂਜੀ ਮਾਸੀ ਜੀ ਆਪਾਂ ਤਾਂ ਠੇਕੇ ਤੇ ਲਾ ਦਾਨੇ ਵੀ ਉਹਨਾਂ ਦਾ ਵਧੀਆ ਝਾੜ ਨਿਕਲਦਾ ਆ ਤਾਂ ਹੀ ਅਗਲਾ ਲੈਂਦਾ ਹਾਂ ਆਏ ਸਾਲ ਵਧਾ ਦਾਂਦੇ ਨੇ 5-6000 ਰੁਪਏ ਠੇਕੇ ਚ ਵੱਜ ਜਾਂਦਾ ਠੇਕਾ ਵਧੀਆ ਹੁੰਦਾ ਪੁੱਤ ਹਾਂ 70000 ਰੁਪਏ ਨੂੰ ਲੱਗਦਾ ਜੀ ਵਧੀਆ ਆ ਫੇਰ ਤਾਂ ਬੜੀ ਵਧੀਆ ਗੱਲ ਐ ਹੋਰ ਵਧੀਆ ਜੀ ਮੋਟਰ-ਮੋਟਰ ਲੱਗੀ ਆ ਨਾ ਵਿੱਚ ਹਾਂ ਮੋਟਰ ਲੱਗੀ ਆ ਮਾਸੀ ਜੀ ਵਧੀਆ ਨਹੀਂ ਆਈਆਂ ਪੁੱਤ ਜੇ ਮੋਟਰ ਲੱਗੀ ਹੋਵੇ ਤਾਂ ਰੇਟ ਥੋੜਾ ਜਿਹਾ ਵੱਧ ਜਾਂਦਾ ਵੱਧ ਜਾਂਦਾ ਹਾਂ ਤੈਨੂੰ ਪਤਾ ਮਾਰੂ ਬਾਣਾ ਦਾ ਥੋੜਾ ਜਿਹਾ ਘੱਟ ਹੋਊਗਾ ਹਾਂ ਇਹ ਤਾਂ ਚੱਲ ਵਧੀਆ ਐ ਸਾਡੇ ਤਾਂ ਮੱਸੇ ਜੀ ਕਾਲੀ ਮਿੱਟੀ ਦੇ ਬਾਣ ਨੇ ਬੰਦਾ ਹਰਾ ਹੁੰਦਾ ਉਹੀ ਤਾਂ ਗੱਲ ਐ ਸਾਹੇ ਤਾਂ ਕਹਿੰਦੇ ਬਾਣ ਵਧੀਆ ਛੋੜੇ ਤਕੜੇ ਬਾਣ ਨੇ ਹਾਂ ਤਕੜੇ ਬਾਣ ਨੇ ਜੀ ਵਧੀਆ ਚੱਲ ਵਧੀਆ ਅਈ ਮੈਂ ਮਨ ਨੂੰ ਕਹਿੰਦੀ ਹੁੰਨੀ ਆ ਵੀ ਚੱਲ ਕੋਈ ਨਾ ਵਧੀਆ ਚੱਲ ਛੋੜੇ ਦੋਮਾ ਪੈਣਾ ਦਾ ਹੋ ਜਾਂਦਾ ਹੋਰ ਜੀ ਵਧੀਆ ਚਲੋ ਤੁਹਾਨੂੰ ਪਤਾ ਹੋਰ ਮਾਂ ਪਿਓ ਦਾ ਤਾਂ ਹਨਾ ਹਾਂ ਦੁਖੀਆ ਜੀ ਹਾਂ ਜੀ ਅਸੀਂ ਤਾਂ ਮਾਪਿਓ ਨੇ ਤਾਂ ਦੇਖਣਾ ਨਹੀਂ ਸੀ ਚੱਲ ਪੁੱਤ ਹੁਣ ਤਾਂ ਤੂੰ ਹੀ ਪਿਓ ਹੈ ਤੇ ਤੂੰ ਹੀ ਮਾਂ ਹੈ ਤੂੰ ਹੀ ਹੈ ਸਾਰਾ ਕੁਝ ਤੂੰ ਹੀ ਕਰਨਾ ਹੈ ਹਾਂ ਜੀ ਅਮਨ ਤਾਂ ਛੋਟੀ ਸੀ ਸਾਨੂੰ ਪਤਾ ਹੀ ਆ ਕਿ ਮੈਂ ਤਾਂ ਆਪਣੇ ਮਾਪਿਓ ਨਾਲ ਕੀਤੇ ਵਾਅਦੇ ਨਮਾਉਣੀ ਆ ਚੱਲ ਕੋਈ ਨਾ ਪੁੱਤ ਹੋਰ ਵੱਡੇ ਭੈਣ ਭਰਾ ਦਾ ਕੀ ਸੁਖ ਹੁੰਦਾ ਆ ਹੀ ਸੁਖ ਹੁੰਦਾ ਜਿਹੜਾ ਛੋਟਾਂ ਦੇ ਜ਼ਿਰ ਤੇ ਹੱਥ ਤਰੇ ਹਾਂ ਇਹਦੇ ਪੁੱਤ ਬਥੇਰੇ ਥਾਂ ਦੇਖੇ ਵੱਡੇ ਵੀ ਨਹੀਂ ਸਿਆਣਦੇ ਅੱਜ ਕੱਲ ਤਾਂ ਹਾਂ ਇਹ ਤਾਂ ਹੈਗਾ ਹੀ ਆ ਜੀ ਲਾਲਚਾਂ ਦੀ ਮਾਰੀ ਪਈਏ ਦੁਨੀਆਂ ਹਾਂ ਲਾਲਚ ਵਧਿਆ ਪਿਆ ਜੀ ਬਾੜੇ ਵਧੇ ਪਏ ਨੇ ਖੂਨ ਚਿੱਟਾ ਹੋ ਰਿਹਾ ਮਸੀ ਜੀ ਉਹੀ ਤਾਂ ਗੱਲ ਐ ਚੱਲ ਤੂੰ ਤਾਂ ਫੇਰ ਵੀ ਨਹੀਂ ਕਰਦੀ ਚੱਲ ਤੁਸ ਤਾਂ ਦੋਨਾਂ ਭੈਣਾਂ ਦਾ ਛੋੜਤਾ ਹੋ ਐ ਐ ਬਰਾਬਰ ਦੀ ਜ਼ਮੀਨ ਐ ਚੱਲ ਬਰਾਬਰ ਦਾ ਘਰ ਐ ਛੋੜਤਾ ਤਾਂ ਦੋਨਾਂ ਭੈਣਾਂ ਦਾ ਚੱਲ ਵਧਿਆ ਹੋ ਐ ਹਾਂ ਤੂੰ ਮੇਰੀ ਗੱਲ ਸੁਣੋ ਜੀ ਇਹਦੇ ਅਮਨ ਕਰਕੇ ਤਾਂ ਮੈਂ ਵਿਆਹ ਨਹੀਂ ਕਰਾਇਆ ਚੱਲ ਕੋਈ ਆਈ ਮੈਂ ਵੀ ਫਿਕਰ ਨਾ ਕਰਿਆ ਕਰ ਆਈ ਕਰ ਤੂੰ ਆਰਾਮ ਕਰ ਲੈ ਤੇ ਮੈਂ ਪਾਲੀ ਵਰਗਿਆਂ ਨੇ ਖੇਤ ਜਾਣਾ ਪਾਣੀ ਦੀ ਵਾਰੀ ਐ ਤੇ ਮੈਂ ਉਹਦੇ ਨਾਲ ਕੋਈ ਰੋਟੀ ਦਾ ਟੁਕੜਾ ਕਰਾ ਦਾਂ ਚਲੋ ਕਰਾ ਦੋ ਮੈਸੇਜ ਹਾਂ ਨਾ ਮੈਂ ਤੈਨੂੰ ਲੈ ਕੇ ਦਿੰਨੀ ਆ ਰੋਟੀ ਤੂੰ ਤਾਂ ਚਲ ਮੈਂ ਵੀ ਕਰਵਾ ਦਿੰਦੀ ਮੈਂ ਕੀ ਕਰਦੀ ਆ ਜੀ ਇਹ ਕੋਈ ਨਾ ਪੁੱਤ ਆਰਾਮ ਕਰ ਲੈ ਤੂੰ ਚਲੋ ਠੀਕ ਹੈ ਮਾਸੀ ਜੀ ਕਰ ਲਿਆ ਉਹ ਗਾਸਲ ਮੈਂ ਤਾਂ ਰੋਟੀ ਰੁੱਟੀ ਬਣਾਈ ਲਈ ਹੋ ਗਾਵਨ ਨੇ ਜੀ ਅਮਨ ਨੇ ਬਣਾ ਲਈ ਹੋਈ ਏ ਲੈ ਕਿੰਨਾ ਫਿਕਰ ਕਰਦੀ ਆ ਕਿੰਨੀ ਚੰਗੀ ਆ ਮਾਸੀ ਜੀ ਤਾਂ ਇਹਨਾਂ ਨਾਲ ਮੈਨੂੰ ਆਪਣੀ ਮਾਂ ਵਰਗੀ ਲੱਗਦੀ ਹੈ ਜੀ ਨਾ ਫਿਕਰ ਕਰਦੀ ਐ ਮੇਰਾ ਏ ਸੱਚੇ ਪਾਸ਼ਾ ਮਾਲਕਾ ਮੇਰਾ ਤਾਂ ਇੱਕੋ ਮੰਨ ਦੀ ਤਮੰਨਾ ਐ ਬਸ ਉਹ ਪੂਰੀ ਕਰ ਦੇ ਮੈਂ ਤਾਂ ਨਾ ਗੰਗਾ ਨਾਲਾਂ ਅੱਛਾ ਜਾਨੀ ਐ ਰਣਦੀਪ ਸਸੀ ਕਾ ਮਸੀ ਜੀ ਮੈਂ ਜਾਨੀ ਆ ਤੇ ਦੋ ਦਿਨ ਹੋਰ ਰਹਿ ਪਾਂਦੀ ਤੂੰ ਨਹੀਂ ਜੇ ਕੋ ਨੂੰ ਪਤਾ ਕਿੱਥੇ ਸਰਦਾ ਨਹੀਂ ਘਰੇ ਫਿਰ ਘਰ-ਬਾਰ ਵੀ ਦੇਖਣਾ ਸਾਨੂੰ ਪਤਾ ਮੈਂ ਸਫਾਈਆਂ ਸੁਪੂਈਆਂ ਸਾਰੀਆਂ ਮੈਂ ਤਾਂ ਨਾ ਝਾੜੂ ਪੋਚਾ ਵੀ ਨਹੀਂ ਕਰਕੇ ਆਈ ਉਦੋਂ ਮੈਂ ਸ਼ਾਮ ਨੂੰ ਨਾਨਕ ਚਲ ਚੰਗਾ ਪੁੱਤ ਐ ਕਰੀ ਦੋ ਦਿਨ ਕਰਿਆ ਤੂੰ ਸਫਾਈਆਂ ਸੁਪੂਈਆਂ ਫੇਰ ਚਾਰ ਦਿਨਾਂ ਨੂੰ ਫੇਰ ਆ ਜੀ ਮਾਸੀ ਜੀ ਹੁਣ ਤਾਂ ਨਾ ਤੁਸੀਂ ਜਸਪਾਲ ਤੇ ਅਮਨ ਨੂੰ ਭੇਜੋ ਮੇਰੇ ਕੋਲੇ ਚਾਰ ਦਿਨ ਚਲ ਕੋਈ ਨਾ ਇਹ ਵੀ ਆ ਜਾਣਗੇ ਹਾਂ ਤੇ ਤੂੰ ਵੀ ਆ ਜੀ ਚੱਲਿਆ ਕੋੜ ਮੈਨੂੰ ਫੜਾ ਦੇ ਚੰਗਾ ਮਨਾਂ ਚੈਨ ਰੱਖੀ ਚੰਗਾ ਨਾ ਪੈਣ ਆ ਜਾਓ ਚੰਗਾ ਮੈਂ ਮਾਸੀ ਜੀ ਨੂੰ ਕਹਤਾ ਚੱਲ ਆ ਜਾ ਮੈਂ ਚੜਾ ਕੇ ਆਵਾਂ ਤੈਨੂੰ ਆ ਜਾਓ ਮਾਸੀ ਜੀ ਬਾਸਣਾ ਨਾ ਵੀਰੇ ਤੇਰਾ ਨਾਮ ਹੋਇਆ ਪਿਆ ਸੀ ਨਹੀਂ ਪੁੱਤ ਨਹੀਂ ਲੰਗਦੀ ਮੇਰਾ ਤਾਂ ਨਾ ਬਾਹਲਾ ਹੀ ਜੀ ਲੱਗ ਗਿਆ ਸੀ ਤੇਰੇ ਨਾਲ ਮੈਂ ਤਾਂ ਅਮਨ ਤੋਂ ਵੀ ਤਿਆਰੀ ਲੱਗਣ ਲੱਗੀ ਤੂੰ ਅੱਛਾ ਜੀ ਮਾਰਲਾ ਕਰ ਪੁੱਤ ਗੇੜਾ ਤੁਸੀਂ ਆ ਜਾਓ ਅਮਨ ਹੋਰਾਂ ਨਾਲ ਮਾਸੀ ਜੀ ਕੋਈ ਨਾ ਪੁੱਤ ਮੈਂ ਵੀ ਆਉਂਗੀ ਤੇ ਮੈਂ ਤੈਨੂੰ ਬਾਰ-ਬਾਰ ਕਹਿੰਦੀ ਆ ਗੇੜਾ ਮਾਰ ਲਾ ਕਰੀ ਨਾ ਕੋਈ ਨਾ ਮਾਰਿਆ ਕਰਨਗੇ ਮਾਸੀ ਜੀ ਆਉਣ ਜਾਣ ਵਾਸਤੇ ਐ ਫੋਰ ਪੁੱਤ ਆਈ ਐ ਕੁੜਾ ਮੂਟੇ ਲਾ ਜਾ ਕਰਕੇ ਕਿਉਂ ਬੈਠੀ ਆ ਵਨ ਬਸ ਬੇਬੇ ਭੈਣ ਆਈ ਹੋਈ ਸੀ ਜੀ ਲੱਗਿਆ ਸੀ ਚਲ ਕੋਈ ਨਾ ਜੀ ਜਿਆ ਨਹੀਂ ਲੱਗਦਾ ਫਿਰ ਕੀ ਮਾਨੂੰ ਕਿਹਾ 4 ਦਿਨਾਂ ਨੂੰ ਫਿਰ ਗੇੜਾ ਮਾਰ ਲਈ ਆਉਗੀ ਉਹ ਮਿਲ ਗਈ ਸੀ ਮਿਲ ਗਈ ਸੀ ਬਸ ਹਾਂ ਪੁੱਤ ਬਸ ਮਿਲ ਗਈ ਸੀ ਮੈਂ ਚੜਾ ਆਇਆ ਹੀ ਉਹਨੂੰ ਠੀਕ ਐ ਬੇਬੇ ਔਰ ਐਮੀ ਨੇ ਕਰਿਆ ਕਰ ਉਹਨੂੰ ਕਿਹਾ ਵੀ 4 ਦਿਨਾਂ ਨੂੰ ਗੇੜਾ ਮਾਰ ਲਈ ਆਉਗੀ ਉਹ ਆਖਿਆ ਸੀ 2 ਦਿਨ ਹੋਰ ਰਹਿ ਜਾ ਰਹੀ ਨਹੀਂ ਹੈਗੀ ਨਹੀਂ ਉਹ ਕਹਿੰਦੀ ਮੈਂ ਠੇਕਾ ਠੂਕਾ ਲੈਣਾ ਹੈ ਅੱਛਾ ਹਾਂ ਕੋਈ حساب کتاب ਕਰਨ ਵਾਲਾ ਰਹਿੰਦਾ ਹੋਊਗਾ ਕਹਿੰਦੀ ਉਹ ਕਰਨਾ ਮੈਂ ਠੀਕ ਹੈ ਤੇ ਫੇਰ ਆਉਂਗੀ ਕਹਿੰਦੀ ਮਾਸੀ ਮੈਂ ਚਲ ਠੀਕ ਹੈ ਬੇਬੇ ਫੇਰ ਹਾਂ ਚਲ ਚੰਗਾ ਐਵੇਂ ਨਾ ਉਹ ਕਰਿਆ ਕਰ ਆਗੇ ਪੁੱਤ ਹਾਂ ਬੇਬੇ ਆਗੇ ਲਾਇਆ ਇਹ ਪਾਣੀ ਪਾਣੀ ਲਾਇਆ ਬੇਬੇ ਹਾਂ ਕੇਰਾ ਤਾਂ ਰੇਰੂ ਵੀ ਸੜਤੀ ਹੁਣ ਜਦਿਆਂ ਮੜਾ ਜੀ ਬੱਤ ਜੀ ਆਗੇ ਉਹਦੇ ਸਪਰੇਅ ਕਰ ਦਾਂਗੇ ਚੱਲ ਵਧੀਆ ਕਰਿਆ ਹੋਰ ਵਧੀਆ ਟਾਈਮ ਫਿਰ ਲੱਗ ਗਿਆ ਪਾਣੀ ਚੱਲ ਨਾਲੇ ਇਹ ਘਰੇ ਸੀ ਇਹ ਲਵਾਇਆ ਹਾਂ 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 ਬੇਬੇ ਹੁਣ ਤਾਂ ਫਿਰ ਮੈਂ ਵੀ ਕਾਲਜ ਜਾਇਆ ਕਰਾਣਾ ਕੱਲ ਤੋਂ ਹਾਂ ਕੱਲ ਤੋਂ ਜਾਏਂਗਾ ਤੂੰ ਹਾਂ ਕੱਲ ਨੂੰ ਜਾਣਾਗਾ ਚੱਲ ਨਾਲੇ ਹੁਣ ਦੋ ਦਿਨ ਇਹ ਕਾਲਜ ਜਾਏ ਉਹ ਇੱਕ ਦਿਨ ਫੇਰ ਮੇਰੇ ਨਾਲ ਸਪਰੇਅ ਕਰਾ ਲਊਗਾ ਹਾਂ ਕਰਵਾ ਦੂੰਗਾ ਚੱਲ ਸਵੇਰੇ ਕਾਲਜ ਵਾਗ ਜੀ ਤੇ ਨਾਲੇ ਮੈਂ ਤੈਨੂੰ ਐ ਕਹਿਨੀ ਹੈ ਤੂੰ ਬਾਲਾ ਭਾਬੀ ਭਾਬੀ ਜੇ ਨਾ ਕਰਿਆ ਕਰ ਕਿਉਂ ਬੇਬੇ ਆਹੋ ਬਾਲਾ ਸਿਰ ਤੇ ਚੜ੍ਹਾ ਆਈ ਲੈ ਹੁਣ ਹਰ ਇੱਕ ਚੀਜ਼ ਕਹੂਗਾ ਆਹ ਲਿਆਦਾ ਆਹ ਲਿਆਦਾ ਨਾ ਫੇਰ ਕੀ ਹੁੰਦਾ ਬੇ ਤੂੰ ਚੱਲ ਕੋਈ ਨਾ ਉਹ ਆਏ ਦੇਖੋ ਇਹਨਾਂ ਦਾ ਵੀ ਕੋਣ ਆ ਜਵਾਕਾਂ ਵਾਲੀਆਂ ਆ ਤਾਂ ਬੇਬੇ ਚ ਹਾਂ ਉਹੀ ਤਾਂ ਗੱਲ ਐ ਹਾਂ ਬਾਗੀ ਰੰਦੀਪ ਗਈ ਉਹ ਤਾਂ ਅੱਛਾ ਹਾਂ ਚੱਲ ਤੇ ਮੈਂ ਤੈਨੂੰ ਐਂ ਕਹਿੰਦੀ ਸੀ ਹੂੰ ਵੀ ਜਵੀਨ ਜੇ ਦਾ ਸਾਰੀ ਇਹਦੇ ਉਹ ਆ ਅੱਛਾ ਹਾਂ ਤੇ ਇਹਦਾ ਆਪਾਂ ਕਿਵੇਂ ਕਰੀਏ ਬੇ ਤੇਰੇ ਕੋਲ ਤਾਂ ਉਹੀ ਗੱਲਾਂ ਮੈਂ ਤਾਂ ਜਾਣਨਾ ਜਾ ਤੂੰ ਪਾਲੀ ਹਾਂ ਬੇਬੇ ਮੈਂ ਤਾਂ ਤੇਰੇ ਨਾਲ ਐਂ ਗੱਲ ਕਰਦੀ ਸੀ ਮੈਂ ਉਸ ਸਾਰਾ ਕੁਝ ਪੁੱਛ ਲਿਆ ਹਾਂ ਜੀ 70000 ਨੂੰ ਲੱਗਦਾ ਹੈ 70000 ਨੂੰ ਹਾਂ ਫਿਰ ਤਾਂ ਬੇਬੇ ਠੀਕਾ ਹੀ ਬਹੁਤਾ ਹਨ ਤੇ ਹੋਰ ਆ ਠੇਕਾ ਬਥੇਰਾ ਹੈ ਹੈ ਤੇ ਨਾਲ ਸਾਰਾ ਘਰਵਾਰ ਉਹਦੇ ਨਾਂ ਹੀ ਹੈ ਅੱਛਾ ਬੇਬੇ ਹਾਂ ਤੇ ਜਿਹੜੀ ਮੈਂ ਤੈਨੂੰ ਗੱਲ ਕਹੀ ਸੀ ਠੀਕ ਆ ਬੇਬੇ ਬੇਬੇ ਤੇਰਾ ਤਾਂ ਦਿਮਾਗ ਹੀ ਬੜਾ ਕੰਮ ਕਰਦਾ ਬੇਬੇ ਆਹ ਚੀਜ਼ ਕਰਕੇ ਆਪਾਂ ਕਾਮਯਾਬ ਹੋ ਜਾਾਂਗੇ ਹਾਂ ਤਾਂ ਹੀ ਤਾਂ ਤੈਨੂੰ ਮੈਂ ਦੱਸੀ ਆ ਇਹੇ ਚੀਜ਼ ਠੀਕ ਆ ਬੇਬੇ ਕੋਈ ਗੱਲ ਨਹੀਂ ਫਿਰ ਬਸ ਫਿਰ ਕਰਦੇ ਫਿਰ ਤੂੰ ਠੀਕ ਹੈ ਚੰਗਾ ਠੀਕ ਆ ਭਾਬੀ ਹਾਂ ਸੁਖਦੀਪ ਮੈਨਾਂ ਭੁੱਖਾਈ ਲੱਗੀ ਪਈ ਆ ਤੇ ਸੇਵੀਂ ਬਣਾ ਦੋ ਤੇ ਤੇਰਾ ਬਾਈ ਆ ਗਿਆ ਹਾਂ ਉਹ ਵੀ ਆ ਗਏ ਤੇ ਚਾਹ ਬਣਾ ਦੇਣੀ ਆ ਪਹਿਲਾਂ ਚਾਹ ਤਾਂ ਬਾਅਦ ਚ ਬਣਾ ਦਿਓ ਕਿਰਮੈ ਮੈਨਾਂ ਸੇਵੀਆਂ ਬਣਾ ਦੋ ਭੁੱਖਾਈ ਲੱਗੀ ਪਈ ਆ ਚਲ ਮੈਂ ਬਣਾ ਦੇਣੀ ਆ ਕੋਈ ਹਾਂ ਓੜਿਆ ਮਨ ਹਾਂ ਬੇਬੇ ਕੀ ਕਰੀ ਜਾਣੀ ਐ ਮੈਂ ਤਾਂ ਨਾ ਸੁਖਦੀਪ ਸੇਵੀਆਂ ਕਹਿ ਕੇ ਕੈਸੇ ਸੇਵੀਆਂ ਬਣਾਉਂਦੀ ਸੀ ਅੱਛਾ ਆ ਮੈਨੂੰ ਪਤਾ ਹੀ ਆ ਸੁਖਦੀਪ ਵਾਸਤੇ ਕਿਹੜੀਆਂ ਸੇਵੀਆਂ ਬਣਾਉਣੀਆਂ ਤੂੰ ਆਪਦਾ ਹੀ ਤੇਰੀ ਜੀਬ ਲੂਤਦੀ ਹੋਗੀ ਨਾ ਪਾਲੀ ਆਇਆ ਤੈਨੂੰ ਪਤਾ ਨਹੀਂ ਚਾਹ ਪਾਣੀ ਕੋਈ ਰੋਟੀ ਟੁੱਕ ਦੇਣਾ ਨਾ ਬੇਬੇ ਮੈਂ ਚਾਹ ਬਣਾਉਂਦੀ ਸੀ ਸੁਖਦੀਪ ਕਹਿੰਦਾ ਪਹਿਲਾਂ ਸੇਵੀਆਂ ਬਣਾ ਦੇ ਵੀ ਚਾਹ ਸੀ ਫੇਰ ਪੀ ਲਾਂਗੇ ਅੱਛਾ ਉਹ ਆਜੇ ਬਣਾਉਂਦੀ ਸੀ ਮੈਨੂੰ ਪਤਾ ਤੇਰੇ ਲੱchnਾ ਦਾ ਕੋਈ ਚੱਜ ਨਾਲ ਕੋਈ ਕੰਮ ਨਹੀਂ ਕਰਦੀ ਹੋਰ ਕੋਈ ਚੱਜ ਸਿੱਖ ਲੈ ਚਲ ਬੇਬੇ ਮੈਂ ਚਾਹ ਬਣਾ ਦੇਣੀ ਹੈ ਕੋਈ ਨਾ ਬਣਾ ਰਾਂਦੀ ਹੈ ਚਾਹ ਉਹ ਤੇਰੀ ਭੈਣ ਦੇਖ ਲੈ ਕਿੰਨਾ ਸੋਹਣਾ ਸਚਾਰਾ ਕੰਮ ਕਰਦੀ ਆ ਤੈਨੂੰ ਘੋੜਾ ਲਖਣ ਨਹੀਂ ਦਿੱਤਾ ਚਲ ਬੇਬੇ ਚ ਪਣਾਉਂਦੀ ਐ ਚਾਹ ਇਹ ਅੱਜ ਬੇਬੇ ਨੂੰ ਅਚਾਨਕ ਕੀ ਹੋ ਗਿਆ ਇਹ ਤਾਂ ਮੈਨੂੰ ਕਦੇ ਵੀ ਨਹੀਂ ਆਏ ਬੋਲੀ ਸੀ ਭਾਬੀ ਸੇਵੀਆਂ ਸੇਵੀਆਂ ਸੁਖਦੀਪ ਮੈਂ ਹੁਣ ਧਰੀਆਂ ਨੇ ਪਹਿਲਾਂ ਮੈਂ ਚਾਹ ਬਣਾਉਣ ਲੱਗੀ ਉਹ ਬੇਬੇ ਕਹਿੰਦੀ ਚਾਹ ਬਣਾ ਦੇ ਪਹਿਲਾਂ ਓਹ ਹੋ ਮੈਨੂੰ ਭੁੱਖ ਬਾਈ ਲੱਗੀ ਪਈ ਸੀ ਬਸ ਹੁਣ ਬਨ ਜਾਣਗੀਆਂ ਚੱਲ ਕੋਈ ਨਾ ਭਾਬੀ ਮਾੜਾ ਛੇਤੀ ਕਰ ਲੈ ਲੈ ਦੇਖ ਲੈ ਇਹਨੂੰ ਕੋਈ ਫਿਕਰ ਹੈਗਾ ਵੀ ਮੇਰਾ ਬੰਦਾ ਖੇਤੋਂ ਆਇਆ ਮੈਂ ਕੋਈ ਚਾਹ ਪਾਣੀ ਟਾਈਮ ਸਰ ਚਾਹ ਦੇਵਾਂ ਰੋਟੀ ਦੇਵਾਂ ਜਮਾ ਭੋਰਾ ਗੌਰ ਨਹੀਂ ਕਰਦੀ ਮੈਂ ਕਿੱਥੋਂ ਆਪਾ ਇਹਦੇ ਨਾਲ ਪੱਲਾ ਪਾ ਲਿਆ ਓਏ ਉਹੀ ਤਾਂ ਗੱਲ ਆ ਬੀਬੇ ਟਾਈਮ ਫਿਰ ਤਾਂ ਕੰਮ ਕਰਦੀ ਨਹੀਂ 2 ਘੰਟੇ ਹੋ ਗਏ ਹੁਣ ਚਾਹ ਅੱਖੀ ਨੂੰ ਹਜੇ ਨਹੀਂ ਲੈ ਕੇ ਆਈ ਮੈਨੂੰ ਤਾਂ ਹੁਣ ਇਹ ਵਿਉ ਵਰਗੀ ਲੱਗਣ ਲੱਗ ਗਈ ਲੈ ਆ ਆ ਗਈ ਲੈ ਬੇਬੇ ਚਾਹ ਲਓ ਜੀ ਚਾਹ ਓ ਦੋ ਘੰਟੇ ਹੋ ਗਏ ਤੈਨੂੰ ਅੱਖੇ ਨੂੰ ਹਜੇ ਤੇਰੇ ਚਾਹ ਹੁਣ ਜਾਦਾ ਹੀ ਆ ਕਿਹੜੇ ਵੇਲੇ ਆਇਆ ਮੈਂ ਖੇਤੋਂ ਔਰ ਜਸਖਦੀਪ ਨੇ ਸੇਵੀਆਂ ਨੂੰ ਕਹਿ ਗਿਆ ਸੀ ਸੇਵੀਆਂ ਬਣਾਉਣ ਲੱਗ ਗਈ ਫਿਰ ਵਿੱਚ ਦੀ ਬੇਬੇ ਆ ਗਈ ਚਾਹ ਤਾਂ ਮੈਂ ਬਣਾਤੀ ਸੀਗੀ ਨਹੀਂ ਬਸ ਤੂੰ ਲੈ ਜਾ ਮੈਂ ਆਪੀ ਬਣਾ ਲੂੰਗੀ ਚਾਹ ਦੇ ਦੂੰਗੀ ਮੁੰਡੇ ਨੂੰ ਬਣਾ ਕੇ ਮੈਂ ਚਾਹ ਜਾ ਵਗ ਜਾ ਜਸਦੀਪ ਨੂੰ ਦੇ ਦੇ ਕਰ ਤਾ ਇਹਦਾ ਕੁਝ ਬਣਾ ਕੇ ਦੇਣਾ ਹਾਂ ਸਕਦੀਪ ਐ ਕਰਨ ਲੱਗ ਗਿਆ ਸਕਦੀਪ ਐ ਕਰਨ ਲੱਗ ਗਿਆ ਇਹ ਬਹਾਨੇ ਲਾਉਂਦੀ ਹੈ ਜਿੰਨੇ ਲਾਉਂਦੀ ਹੈ ਉਹੀ ਤਾਂ ਕਰ ਲਓ ਬੇਬੇ ਬਹਾਨੇ ਵਾਲੀ ਗੱਲ ਤਾਂ ਹੈਗੀ ਆ ਔਰ ਦੇਖ ਲੈ ਇਹਦੀ ਭੈਣ ਦੇਖ ਲੈ ਦੋ ਦਿਨ ਰਹੀ ਮਿੰਟਾਂ ਸਿਕੰਟਾਂ ਚ ਕੰਮ ਕਰ ਦਾਂਦੀ ਸੀ ਹਾਂ ਬੇਬੇ ਇਹਦਾ ਗੱਲ ਸਹੀ ਏ ਤੇਰੀ ਜਮ ਉਹਨੇ ਮਿੰਟਾਂ ਚ ਤਾਂ ਕੱਪੜੇ ਧੋਤੇ ਮਿੰਟਾਂ ਚ ਉਹਦੇ ਸਬਜ਼ੀ ਬਣਾਤੀ ਹਜੇ ਮੈਨੂੰ ਕਹਿੰਦੀ ਮੈਂ ਰੋਟੀ ਬਣਵਾ ਦਾਨੀ ਮੈਂ ਤਾਂ ਚਾਹ ਰੋਟੀਆਂ ਆਪ ਹੀ ਬਣਾ ਲੂਗੀ ਮਿੰਟ ਮਿੰਟੇ ਆਏ ਭੱਜੀ ਫਰੀ ਅੱਛਾ ਬੇਬੇ ਹਾਂ ਇਹਨੂੰ ਪੋਰਾ ਲਖੜ ਨਹੀਂ ਦਿੱਤਾ ਇਹਦਾ ਪਤਾ ਨਹੀਂ ਕਹੇ ਜੀ ਆ ਨਾ ਕੋ ਸਿੱਖ ਕੇ ਹੀ ਇਹਨਾਂ ਲੈਣਾ ਹਾਂ ਤਾਂ ਹੀ ਤਾਂ ਆਪਣੇ ਚਮੇੜਤੀ ਇਹਨੂੰ ਆਹੀ ਗੱਲ ਆ ਬੇਬੇ ਬੱਸ ਆਓ ਹੁਣ ਆ ਕਿ ਆਪ ਮੈਂ ਵਿਆਹ ਕਰਾਉਂ ਵਧਿਆ ਥਾਂ ਕਰਾਉਂ ਵਿਆਹ ਆ ਕਿ ਆਪਾਂ ਹੀ ਕਹੇ ਮੈਨ ਆਹ ਚੱਲ ਕੋਈ ਨਹੀਂ ਬੇਬੇ ਦੇਖਦੇ ਆਂ ਕੀ ਬਣਦਾ ਤੇ ਮੈਨੂੰ ਤਾਂ ਇਹ ਭੈੜੀ ਲੱਗਣ ਲੱਗੀ ਮੇਰਾ ਤਾਂ ਇਹ ਬਣੀ ਚਾਕਣ ਨੂੰ ਜੀ ਨਹੀਂ ਕਰਦਾ ਕੋਈ ਤਾਂ ਗੱਲ ਆ ਬੇਬੇ ਲੈ ਪਹਿਲਾਂ ਤਾਂ ਕਦੇ ਵੀ ਨਹੀਂ ਇਹ ਵੀ ਨਹੀਂ ਬੋਲੇ ਸੀ ਆਏ ਹੈ ਬੇਬੇ ਤਾਂ ਚੱਲ ਬੋਲ ਗਈ ਇਹਨਾਂ ਨੂੰ ਵੀ ਪਤਾ ਨਹੀਂ ਕੀ ਹੋ ਗਿਆ ਉਹ ਦੇਖ ਲੈ ਲੱਗੀ ਦੋਸ ਦੋਸ ਕਰਨ ਹਾਂ ਬੇਬੇ ਦੋਸ ਦੋਸ ਤਾਂ ਬਸ ਮਿੰਟਾਂ ਦੀ ਲੱਗ ਜਾਂਦੀ ਆ ਕਰਨ ਹਾਂ ਹੁਣ ਤੂੰ ਐਂ ਕਰਿਆ ਕਰ ਠੀਕ ਆ ਬੇਬੇ ਐਂ ਕਰਿਆ ਕਰਾਂਗੇ ਜੀ ਸਾਡੇ ਵੱਲੋਂ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਜਿਹੜੀ ਸਾਡੀ ਵੀਡੀਓ ਦੇਖੀ ਆ ਉਹ ਕਿਵੇਂ ਲੱਗੀ ਜੀ ਲਾਈਕ ਕਮੈਂਟ ਸ਼ੇਅਰ ਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਨਾ ਵਾਦ ਤੋਂ ਵੱਧ ਸਪੋਰਟ ਕਰਨਾ ਧੰਨਵਾਦ ਘੰਟੀ ਵਾਲਾ ਬਟਨ ਜ਼ਰੂਰ ਦਬਾਇਆ ਕਰੋ ਜੀ ਜਿਹੜਾ ਨੋਟੀਫਿਕੇਸ਼ਨ ਵੀਡੀਓ ਨਾਲ ਤੁਹਾਡੇ ਕੋਲ ਜਲਦੀ ਪਹੁੰਚ